ਮੇ ਸਰ ਕੀ ਨਾਮ ਹੈ ਜੀ ਰਵੀ ਕੋਲੀ ਜੀ ਰਵੀ ਜੀ ਇੱਕ ਮਾਰਕੀਟਿੰਗ ਦੇ ਵਿੱਚ ਆਨਲਾਈਨ ਪ੍ਰੋਡਕਟ ਸੇਲ ਹੁੰਦੇ ਆ ਜੀ ਲੋਕ ਘਰ ਬੈਠੇ ਪ੍ਰੋਡਕਟ ਖਰੀਦਦੇ ਆ ਕੀ ਕਹਿਣਾ ਚਾਹੋਗੇ ਕਿ ਉਸ ਸਬੰਧੀ ਤੁਹਾਡੇ ਕਾਰੋਬਾਰ ਨੂੰ ਕਿੰਨਾ ਕੋ ਫਰਕ ਪਿਆ ਸਰ ਸਾਡੇ ਕਾਰੋਬਾਰ ਨੂੰ ਕਟੋਕੜ 30 ਤੋਂ 40% ਫਰਕ ਪਿਆ ਚੁੱਕਾ ਜੀ ਕਿਉਂਕਿ ਹੀਟਰ ਲੈਲ ਮਰਸ਼ਨ ਰੋਡ ਗੀਜ਼ਰ LEDਸ ਲੈਂਪ ਈਵਨ ਤੱਕ ਕਿ ਵਾਇਰ ਵੀ ਆਨਲਾਈਨ ਆ ਗਈ ਹੈ ਸਾਨੂੰ ਕੰਪਨੀ ਦਿੰਦੀ ਹੈ 40% ਲੈਸ ਪਲਸ ਟੈਕਸ ਐਕਸਟਰਾ ਉਹ 50% ਲਸ ਬੇਚਦੇ ਆ ਸੰਡੇ ਸਮੇਂ ਤੋਂ ਬਾਹਰ ਆ ਆਨ ਵਾਲਾ ਟਾਈਮ ਬੜਾ ਮਾੜਾ ਆਣਾ ਲੋਕਲ ਕੰਮ ਬਿਲਕੁਲ ਵਪਾਰ ਫੇਲ ਹੋ ਗਿਆ ਤੇ ਕਗਾਰ ਤੇ ਵੱਡੀ ਕੰਪਨੀਆਂ ਨੇ ਖਾ ਲਏ ਆ ਔਨਲਾਈਨ ਪ੍ਰੋਡਕਟ ਵੇਚਣ ਨਾਲ ਤੁਹਾਡੇ ਚਿਹਰੇ ਦੀ ਪਰੇਸ਼ਾਨੀ ਸਾਫ਼ ਨਜ਼ਰ ਆ ਰਹੀ ਹੈ ਤੇ ਕਿੰਨਾ ਕੁ ਇਹ ਚ ਡਿਫਰੈਂਸ ਕੀ ਆ ਕਿਉਂ ਪ੍ਰੋਡਕਟ ਔਨਲਾਈਨ ਸਸਤਾ ਮਿਲਦਾ ਜਦੋਂ ਕਿ ਤੁਸੀਂ ਜਿਹੜੇ ਕਸਟਮਰ ਆਉਂਦੇ ਆ ਉਹਨਾਂ ਨੂੰ ਤੁਸੀਂ ਆਪ ਦਿਖਾ ਕੇ ਵੀ ਚੀਜ਼ ਦਿੰਨੇ ਹੋ ਤੇ ਕੀ ਫਰਕ ਹੈਗਾ ਇਹਦੇ ਵਿੱਚ ਸਾਰੇ ਦਾ ਇੱਕੋ ਹੀ ਕਾਰਨ ਹੈ ਅਸੀਂ ਲੈਨੇ 10 ਪੀਸ ਜਾਂ 100 ਪੀਸ ਜਾਂ 1000 ਪੀਸ ਜਿਹੜੀ ਕੰਪਨੀਆਂ ਆ オンਲਾਈਨ ਜਿੰਦਾ ਹੈਗੀ ਮੀਸ਼ੋ ਐ ਐਮਾਜ਼ੋਨ ਉਹ ਕਹਿੰਦੇ ਮੈਨੂਫੈਕਚਰਰ ਨੂੰ ਕਿੰਨਾ ਬਣਿਆ ਸਾਰਾ ਸਾਡਾ ਮੈਨੂਫੈਕਚਰਰ ਸਾਨੂੰ ਕਹਿੰਦਾ ਤੁਹਾਨੂੰ ਦੇਣਾ ਜੀ 200 ਰੁਪਏ ਚੀਜ਼ ਉਹਨੂੰ ਮਿਲਦੀ 100 ਰੁਪਏ ਦੀ ਉਹ 150 ਇਹ ਵੇਚ ਜਾਂਦੇ ਆ ਸਾਰੂ ਗਾ ਕਿਸੇ ਚੱਲ ਕੇ ਆਏਗਾ ਸਾਡੇ ਕੋਲ ਛੋਟੇ ਮਡਗਾ ਕਰਕੇ ਮੱਲੇ ਮੁੱਲੇ ਆ ਲੋਕਾਂ ਕੋ ਗਾਹ ਰਹਿਣਾ ਨਾਲ ਟਾਈਮ 'ਚ ਹੋਰ ਇਹ ਇੱਕੋ ਹੀ ਕਾਰਨ ਹੈ ਕਿ ਵੱਡੀਆਂ ਕੰਪਨੀਆਂ ਗਰੁੱਪ ਆ ਚੁੱਕੇ ਆ ਉਹ ਜਿੰਨਾ ਮਾਲ ਬੰਦੋਂ ਨਾਲ ਲੈ ਲੈਂਦੇ ਆ ਸਾਡੇ ਵਰਗੇ ਨੂੰ ਮਾਲ ਮਿਲਣਾ ਮਹਿੰਗਾ ਉਹਨਾਂ ਨੇ ਸਸਤਾ ਖਰੀਦ ਕੇ ਸਸਤਾ ਵੇਚ ਦਿੰਦੇ ਘਰ ਬੈਠੇ ਲੋਕੀ ਮਾਲ ਮੰਗਾ ਰਹੇ ਆ ਕੋਈ ਲੋਕਾਂ ਨੂੰ ਅਪੀਲ ਕਰਨਾ ਚਾਹੁੰਦਾ ਅਸੀਂ ਲੋਕਾਂ ਨੂੰ ਚਾਹੁੰਦੇ ਆ ਕਿ ਜਦੋਂ ਕਰੋਨਾ ਆਇਆ ਸੀ ਆਪਾਂ ਇੱਕ ਦੂਜੇ ਦਾ ਸਾਥ ਦਿੱਤਾ ਸੀਗਾ ਜਦੋਂ ਮੰਦਾ ਆਉਂਦਾ ਕੋਈ ਅਪੱਤੀ ਆਂਦੀ ਆ ਅਸੀਂ ਇੱਕ ਦੂਜੇ ਲਈ ਖੜਦੇ ਆ ਆਨਲਾਈਨ ਵਾਲੇ ਕਿਸੇ ਦਾ ਕੋਈ ਸਾਥ ਨਹੀਂ ਦਿੰਦੇ ਨਾ ਮੈਂ ਕਿ ਲੋਕਾਂ ਨੂੰ ਇਹ ਅਪੀਲ ਕਰਦਾ ਕਿ ਵੱਧ ਤੋਂ ਵੱਧ ਆਪਣੇ ਸ਼ਹਿਰ ਚ ਆਪਣੇ ਪਰੋਸੀਆਂ ਕੋਲ ਮਾਲ ਖਰੀਦੋ ਇਹੀ ਲੋਕੀ ਅਪੀਲ ਕਰਨਾ ਚਾਹੁੰਦਾ ਜੀ